ਵਧੀਆ ਚੀਜ਼ ਕੀ ਹੁੰਦੀ ਹੈ ਜਿਹੜੀ ਸੌਸ ਕੋਈ ਵੀ ਚੀਜ਼ ਹੈ ਕੋਈ ਟਿੱਕੀ ਭੱਲਾ ਬੋਲੋ ਜਾਂ ਕੁਛ ਵੀ ਖਾਣਾ ਉਹਦੀ ਸੌਸ ਵਧੀਆ ਹੋਵੇ ਨਾ ਮਜ਼ਾ ਆ ਜਾਂਦਾ ਭੱਲੇ ਨੂੰ ਟਿੱਕੀ ਨੂੰ ਵਧੀਆ ਹੀ ਬਣਾਉਂਦਾ ਸੌਸ ਠੀਕ ਹੈ ਸਾਰਿਆਂ ਨਾਲ ਪਹਿਲਾਂ ਆਪਾਂ ਬਣਾਉਣੀ ਹੈ ਸੌਸ ਠੀਕ ਚਾਈਨੀ ਸੌਸ ਚਾਹੀਦੀ ਆਪਾਂ ਨੂੰ ਉਹ ਤੁਸੀਂ ਘਰੇ ਬਣਾ ਕੇ ਰੱਖ ਲੈਂਦੇ ਹੋ ਬੋਟਲਸ ਵਗੈਰਾ ਦੇ ਜਦੋਂ ਤੁਹਾਡਾ ਡਰਿੰਕ ਦਿੱਤਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਚੀਜ਼ ਚਿੱਲੀ 'ਚ ਵੀ ਕਰ ਸਕਦੇ ਹੋ ਤੁਸੀਂ ਪੀਜ਼ਾ ਦੀ ਟੋਪਿੰਗ 'ਤੇ ਵੀ ਕਰ ਸਕਦੇ ਹੋ ਸੈਂਡਵਿਚ ਦੀ ਟੋਪਿੰਗ 'ਤੇ ਵੀ ਕਰ ਸਕਦੇ ਹੋ ਉਹ ਸੌਸ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਕਰਾਂ ਥੋੜ੍ਹਾ ਜਿਹਾ ਰਿਫਾਈਨਡ ਬਣ ਗਿਆ ਜੀ ਇਹਦੇ ਟਮਾਟਰ ਥੋੜ੍ਹੇ ਜ਼ਿਆਦਾ ਹੋਣ ਸੌਸ ਬਣਾ ਰਹੇ ਹਾਂ ਆਪਾਂ ਅਬਾਊਟ ਪਿਆਜ 50% ਲੈ ਲਓ ਅਤੇ ਮੈਂ ਇੱਕ ਟਵਿਸਟ ਦੇ ਦਿਆਂ ਟਵਿਸਟ ਕੀ ਹੈ ਨਾਲ ਮੈਂ ਕੈਪਸੀਕਮ ਪਾ ਦਿਆਂ ਸਮਝ ਆ ਗਈ ਇਹਦਾ ਟੇਸਟ ਹੈ ਨਾਲ ਬਹੁਤ ਵਧੀਆ ਲੱਗਦਾ ਸਮਝ ਆ ਗਈ ਗੱਲ ਹੁਣ ਕੀ ਦਿੱਤਾ ਇਹ ਗਾਰਲਿਕ ਇਹਦਾ ਨਾਂ ਦਿੱਤਾ ਮੈਂ ਗਾਰਲਿਕ ਸੋਸ ਫਿਰ ਮੀਨ ਮੈਂ ਨਹੀਂ ਗਾਰਲਿਕ ਯੂਜ਼ ਕਰ ਰਿਹਾ ਗਾਰਲਿਕ ਥੋੜ੍ਹਾ ਜਿਹਾ ਜ਼ਿਆਦਾ ਅਮਾਊਂਟ ਪਾ ਰਿਹਾ ਓਕੇ ਨਾਲ ਕੀ ਦਿੱਤਾ ਚਿੱਲੀ ਤਿੰਨ ਚਾਰ ਮਿਰਚਾਂ ਉਸ ਤੋਂ ਬਾਅਦ ਕੀ ਹੈ ਇਹਦਾ ਕਲਰ ਵਧੀਆ ਹੋਣਾ ਚਾਹੀਦਾ ਕਲਰ ਵਧੀਆ ਕੀ ਹੈ ਅਕੋਰਡਿੰਗ ਟੂ ਯੂਰ ਟੇਸਟ ਟੇਸਟ ਆਫ ਪਾਈ ਇਹਦੇ 'ਚ ਮੈਂ ਕਲਰ ਪਾਤਾ ਓਕੇ ਇਹ ਤੁਹਾਡੀ ਸੌਸ ਇੱਕ ਇਹੋ ਜਿਹੀ ਸੌਸ ਬਣੇਗੀ ਜਿਹੜੀ ਤੁਸੀਂ ਯਾਦ ਕਰੋਗੇ ਠੀਕ ਹੈ ਇਹਨੂੰ ਤੁਸੀਂ ਪੀਜ਼ਾ ਟੋਪਿੰਗ 'ਤੇ ਚੀਜ਼ ਚਿੱਲੀ 'ਤੇ ਜਿੱਥੇ ਮਰਜ਼ੀ ਯੂਟੀਲਾਈਜ਼ ਕਰ ਸਕਦੇ ਇਹਦੇ 'ਚ ਹੁਣ ਨਾਲ ਮੈਂ ਇੱਕ ਟਵਿਸਟ ਕੀ ਦੇ ਰਿਹਾ ਸੌਸ ਦੇ ਵਿੱਚ ਤੁਸੀਂ ਸ਼ੱਕਰ ਪਾਣੀ ਸ਼ੱਕਰ ਪਾ ਸਕਦੇ ਥੋੜ੍ਹੀ ਖੰਡ ਹਲਕੀ ਜਿਹੀ ਪਾਣੀ ਪਾ ਸਕਦੇ ਠੀਕ ਹੈ ਇਹ ਸੌਸ ਹੈ ਇਹ ਤੁਹਾਡੀ ਸੌਸ ਤੁਹਾਡੇ ਕੋਲ ਪਈ ਰਹੇ ਤੁਸੀਂ ਪੀਜ਼ਾ ਬਣਾਉਂਦੇ ਯੂਜ਼ ਕਰਨੀ ਹੈ ਪੀਜ਼ਾ ਦੀ ਟੋਪਿੰਗ 'ਤੇ ਯੂਜ਼ ਕਰ ਲਓ ਚੀਜ਼ ਚਿੱਲੀ 'ਤੇ ਕਰ ਲਓ ਜਿੱਥੇ ਮਰਜ਼ੀ ਕਰ ਲਓ ਓਕੇ ਜੀ